ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਚੱਲ ਚੱਲ ਮੇਰਾ ਸ਼ੇਰ ਬਣ ਕੇ ਖੇਤ ਕਿਉਂ, ਅੱਜ ਘਰੇ ਚੱਲਾਂਗੇ, ਬੈਠ ਕੇ ਚਲਾ ਲਾ ਆਪਣੀ ਬਾਹਰਲੀ ਚ, ਸ਼ੇਰ ਬਣ ਕੇ ਗੱਲ ਨਾ ਕਰੀ ਕਿਸੇ ਕੋਲੇ। ਹਾਂ, ਮੈਂ ਤਾਂ ਸਕੂਟਰ ਨੀ ਜਾਣ ਦਾ ਤੈਨੂੰ ਤਾਂ ਲਿਆ ਆ। ਚੱਲ ਚੰਗੀ ਗੱਲ ਹੋਈ। ਹਾਂ, ਮੇਰੀ ਵਾਰੀ ਵੀ ਦਵਾਈ ਉਹਦੀ ਵਾਰੀ ਬਹੁਤ ਤੇਰੇ, ਇਹੋ ਜਿਹੀ ਗੱਲ ਨਾ ਦੁਬਾਰਾ ਕਰੀ। ਨਾਲ ਵੀ ਆਇਆ ਤੇਰੇ ਨਾਲ ਆਇਆ, ਫੇਰ ਕੀ ਹੋ ਗਿਆ? ਮੇਰੀ ਮੁਹੱਬਤ ਆ ਕੰਜ ਦੇ, ਸਾਲ ਹੋ ਗਿਆ ਮੁਹੱਬਤ ਆ ਪੰਜ ਦੇ ਤੇਰੀ, ਬਾ ਇਹੋ ਜਿਹੀ ਗੱਲ ਨਾ ਕਰੀ। ਇੱਥੇ ਰੋਕੀ ਆ ਬਾਬਾ। ਹਾਂ ਇੱਥੇ ਰੋਕ ਲਾ, ਇੱਥੇ ਬਾਹਰ ਖੜਾ ਰਹਿਣ ਦੇ, ਇਹਨੂੰ ਕੌਣ ਖੇਡਦਾ ਯਾਰ? ਆਜਾ, ਅਗਲਾ ਕੋ ਬਾਹਰ ਕਿਵੇਂ ਖੜਾ ਰੱਖਿਆ ਰਾਤ ਨੂੰ? ਉਹ ਬਾਅਦ ਚ ਲਾ ਦਾਂਗੇ ਅੰਦਰ। ਕਰੀ ਮੇਰਾ ਸ਼ੇਰ ਬਣ ਕੇ, ਪੂਰੀ ਗੌਰ ਰੱਖੀ ਤੇ ਇੱਥੇ ਬਹਿ ਜਾ ਪੈਟੀ ਤੇ, ਚੰਗਾ? ਇੱਥੇ ਨੀ ਬਹਿੰਦਾ ਪੂੰਦਾ ਮੈਂ, ਅੰਦਰ ਬੈਠੂ ਤੇਰੇ ਕੋਲੇ। ਅੰਦਰ ਤੂੰ ਲੋੜਾ ਫੜ ਜਾ ਮੇਰਾ। ਲੈ ਫੇਰ ਕੀ ਹੁੰਦਾ ਇੱਥੇ, ਕਿਉਂ ਕਿਵੇਂ ਲੋਟਾ ਹੂਆ ਯਾਰ? ਐਂ ਕੀ ਗੱਲ, ਸ਼ੇਰ ਬਣ ਕੇ ਇੱਥੇ ਬਹਿ ਜਾ ਤੈਨੂੰ ਯਾਰ, ਤਾਂਹੀਓ ਮੈਂ ਤੇਰੇ ਨਾਲ ਨਹੀਂ ਜਾਂਦਾ। ਆਹ ਗੱਲਾਂ ਨੇ ਬੜੇ ਮਾਰੇ ਯਾਰ। ਬੜਾ ਯਾਰ ਪੱਤਾ ਯਾਰ, ਤੇਰਾ ਕੋਲੇ ਕਿਵੇਂ ਲੋਟਾ ਹੂਆ? ਨਾ ਮੈਂ ਤਾਂ ਕੋਲੇ ਬੈਠੂ ਭਰਾਵਾ, ਐਂ ਨਹੀਂ ਗੱਲ ਬਣ, ਕੋਲੇ ਤੂੰ ਮੇਰਾ ਲੋੜਾ ਫੜਨਾ ਯਾਰ? ਉਹੀ ਗੱਲ ਫਿਰ, ਮੈਂ ਪਰੇ ਹੂੰ ਕਰ ਲੂ ਖਾਤਮ, ਮੇਰੇ ਮੰਗਰ ਤਾਂ ਨਹੀਂ ਅੱਖਾਂ ਲੱਗੀਆਂ। ਤੂੰ ਐਂ ਕਰ, ਮੈਂ ਤਾਂ ਮੇਰਾ ਕੋਲੇ ਖੜੇ ਹੀ ਨਹੀਂ ਹੋਣਾ ਫਿਰ। ਅੱਛਾ ਖੜੇ ਹੀ ਨਹੀਂ ਹੋਣਾ? ਹੋਰ ਹੁਣ ਕੰਜਰ ਜਿਹਾ ਕੂੰਜ ਵਰਗੀ ਜਨਾਨੀ ਚੱਕੀ ਪਰਦਾ ਚ ਖੜੇ ਹੀ ਨਹੀਂ ਹੋ। ਐਂ ਕਰ, ਆਪਣਾ ਸ਼ਟਰ ਹੈ ਬਾਹਰ, ਉੱਥੇ ਮੰਜਾ ਉੱਥੇ ਬਹਿ ਜਾ, ਉੱਥੇ ਬਈ ਕੋਲੇ ਨਹੀਂ ਸ਼ੇਰ ਬਣ ਕੇ ਲੋਟ ਆਉਂਦਾ, ਐ ਨਹੀਂ ਕਰਦੇ ਹੁੰਦੇ। ਓਏ ਜਜਾ ਕੀ ਕਰਦਾ ਹੈ? ਓਏ ਤਾਂ ਛੂਟ ਦੇਖਦਾ ਜੀ, ਛੂਟ ਦੇਖਦਾ ਤੂੰ, ਉਹੀ ਗੱਲ ਫਿਰ ਮੈਂ ਗਾਂ ਨੂੰ ਲੈ ਕੇ ਵੀ ਨਹੀਂ ਆਉਣਾ ਨਾਲ। ਚੱਲ ਚੰਗਾ ਨਹੀਂ, ਹੁਣ ਨਹੀਂ ਕਰਦਾ ਕੁਝ, ਕਰਦਾ ਨਹੀਂ ਕੁਛ। ਆ ਜਾ ਆ ਜਾ, ਐ ਕਰ ਤੂੰ ਟੱਪ ਅੰਦਰ ਪਹਿਲਾਂ, ਉਹੀ ਗੱਲ ਫਿਰ ਜੇ ਨਾਲ ਲਿਆਂਦਾ ਤਾਂ ਫਿਰ ਗਾਹੀ ਗਾਹਾਂ ਵਧੀ ਜਾਂਦੇ। ਤੈਨੂੰ ਬਾਰੀ ਕਿਵੇਂ ਦੇ ਦਿਆਂ? ਹੋਰ ਸੱਚਾ ਪਿਆਰਾ ਤੇਰਾ, ਹੋਰ ਹੁਣ ਵਾਹ ਓਏ ਤੇਰੇ ਜਾਨ ਵਾਰ ਦੀ ਉੱਤੋਂ ਦੀ ਪੰਜਾਹ ਦਾ ਭੈਣ ਦਾ ਲੈਣਾ, ਜਨਾਨੀਆਂ ਭੜਕਾਤੀਆਂ। ਅੱਛਾ ਸੱਚਾ ਪਿਆਰ ਤੇਰਾ ਤੂੰ ਨਹੀਂ ਕਰਦਾ? ਬਾਹਰ ਦੀ ਵਾਰ ਭੜਕਾਤੀ ਇਹ ਤਾਂ ਪੱਕੀ ਹੈ, ਪੱਕੀ ਹੈ। ਮੈਂ ਜੇ ਇਹਨੂੰ ਦੱਸ ਤਾ ਫੇਰ, ਇਹੋ ਜਿਹੀ ਗੱਲ ਨੀ ਕਰਦੇ ਹੁੰਦੇ, ਇਹੋ ਜਿਹੀ ਗੱਲ ਨੀ ਕਰਦੇ ਹੁੰਦੇ ਨਾਲ। ਕੱਲ ਨੂੰ ਹੋਰ ਦੀ ਦਵਾਂ, ਹੋਰ ਦੀ ਨਾ, ਮੈਂ ਤਾਂ ਏਸੀ ਦੀ ਲੈ ਫਿਰ। ਉਹੀ ਗੱਲ ਯਾਰ, ਪਾਲਿਆ ਬਾਬਾ ਬਣ ਕੇ ਚਾਹੇ ਪੈਰੀ ਹੱਥ ਲਾਵਾ। ਓ ਨਹੀਂ ਨਹੀਂ, ਤੂੰ ਕਹਿੰਦਾ ਮੇਰਾ ਕੰਮ ਵੀ ਗਾਲੇਗਾ, ਚੰਗਾ ਕਰ ਲਾ। ਇੱਥੇ ਬਾਹਰ ਬਹਿ ਜਾ, ਸ਼ੇਰ ਬਣ ਕੇ ਐ ਨਹੀਂ ਕਰਦੇ ਹੁੰਦੇ। ਚੰਗਾ ਇੱਥੇ ਬੈਠਾ ਮੈਂ। ਹਾਂ ਇੱਥੇ ਮੰਜਾ ਪਿਆ ਹੋਊ, ਇਹਦੇ ਉੱਤੇ ਬਹਿ ਜਾ। ਚੰਗਾ, ਨਿਗਾਹ ਰੱਖੀ ਮਾੜੀ, ਇਧਰ ਕੋਈ ਜਵਾਕ ਉੱਠ ਕੇ ਆ ਨਾ, ਪਰਵਾਹ ਨਾ ਕਰ ਤੂੰ ਕਰ ਕੰਮ। ਹਾਂ ਬਸ ਘੰਟਾ ਕੀ ਲਾਉਂ, ਬਾਹਲਾ ਟਾਈਮ ਨਹੀਂ ਆਉਂਦਾ। ਓ ਲੈ ਕੰਜਾ ਦਾ ਐ ਕਾ ਕਰਮ ਵਾਲੀ ਹੋ ਲੋਟ ਫਿਰ ਉਹ ਕਰੀਏ ਕਰ ਹੋ ਗਿਆ ਹੈਂ। ਹੋਰ ਹੁਣ ਉਰੇ, ਹੋਰ ਹੁਣ ਛੱਤ ਤੇ ਚੜਾਂਗੇ ਤਾਂ ਹੋ ਲੋਟ ਫਿਰ ਬਾਹਰ ਭੇੜਾ। ਚੱਲ ਬਾਹਰ ਭੇੜ ਦੇ, ਇਹ ਵੀ ਗੱਲ ਸਹੀ ਹੈ ਤੇਰੀ। ਬੜਾ ਭੈਣ ਦਾ ਲੈਣ ਲੰਗੜਾ ਜੇ ਤਾਂ ਕਿਵੇਂ ਫੌਕ ਹੈ, ਭੈਣ ਦਾ ਲੈਣ ਕੂੰਜ ਵਰਗੀ ਜਨਾਨੀ ਚੱਕੀ ਫਿਰਦਾ ਯਾਰ।
ਆਪਾਂ ਨੂੰ ਕਿਉਂ ਨਹੀਂ ਫਸਦੀਆਂ ਭੈਣ ਦਿਲ ਨੂੰ? ਪੈਸੇ ਛੱਡਦਾ ਬਾਈ ਪੈਸੇ, ਪੈਸਿਆਂ ਬਿਨਾਂ ਕਾਹਨੂੰ ਕੰਮ ਲੋਟ ਆਉਂਦਾ। ਪੜਾਕੇ ਪਾਰਕ ਉਹ ਤੇਰੀ ਭੈਣ ਨੂੰ ਹੋਏ, ਲੱਤਾਂ ਚੱਕ ਰੱਖੀਆਂ ਭੈਣ ਦੇ ਲੈਣੇ, ਕੰਧ ਨਾਲ ਲਵਾ ਰੱਖੀਆਂ, ਖੜਕਾ ਦੇਖੋ ਖੜਕਾ। ਭੈਣ ਕੀ ਜਾਨ ਨਿਕਲਦੀ ਉਹੀ ਗੱਲ ਫਿਰ ਤੇਰੀ, ਉਹ ਭੈਣ ਦੇ ਲੈਣੇ ਤੇਰੀ ਭੈਣ ਨੂੰ ਹੋਏ, ਕਿਧਰੇ ਨੌ ਵੱਜਦਾ ਹੈ, ਬਚ ਕੇ ਸਰੀਰ ਹੀ ਹੌਲਾ ਹੋ ਗਿਆ, ਮੈਂ ਤਾਂ ਤੇਰੀ ਸੌ ਸਿਰ ਨੂੰ ਚੜਿਆ ਪਿਆ ਸੀ। ਹੈ ਕੋਈ ਨੀ, ਹਟ ਜੂਗੀ, ਦੁਖਣ ਨੂੰ ਕੀ ਹੁੰਦਾ, ਐਂ ਕਿਉਂ ਕਰੀ ਜਾਂਦੀ ਹੈ, ਉਹ ਕੁਛ ਨੀ ਹੁੰਦਾ, ਕੁਛ ਨੀ ਹੁੰਦਾ, ਗੋਲੀ ਦੇ ਨੂੰ ਤੈਨੂੰ ਦਰਦ ਦੀ ਹੈ, ਪੰਜਰਾਂ ਦੀ ਉਹ ਪੱਟੀ ਜੀ ਬੜੀ ਪਾਈ ਹੈ। ਅੱਛਾ ਉਹੀ ਜਿਹੜੀ ਮੈਂ ਲਿਆ ਕੇ ਦਿੱਤੀ ਸੀ, ਬਸ ਐਂ ਕਾਹਨੂੰ ਕਰੀ ਜਾਂਦੀ ਫਿਰ ਉਹੀ ਗੱਲ ਹੈ। ਓਏ ਕੋਈ ਨੀ ਹਟ ਜੂਗਾ, ਨਾ ਉਹਨੂੰ ਕਿਧਰੇ ਜਾਨ ਨਿਕਲਦੀ ਹੈ, ਪੈ ਕੇ ਹੁਣ ਕੀ ਕਰਨਾ, ਹੁਣ ਤਾਂ ਪਹੁੰਚ ਨੀ ਮੇਰੀ ਤਾਂ, ਤੂੰ ਪਿਆ ਹੁਣ ਤਾਂ ਭਾਵੇਂ ਮੇਰੀ ਲਈ ਆ ਤਾਂ ਨੀ ਹੱਲੀ ਦਾ, ਜਾਨ ਨਿਕਲ ਗਈ ਮੇਰੀ ਤਾਂ, ਬਚ ਕੇ ਤੇਰੀ ਸੌ ਸਿਰ ਨੂੰ ਚੜਿਆ ਪਿਆ ਸੀ, ਸਾਲ ਹੋ ਗਿਆ ਹੈਂ, ਓਏ ਆਏ ਕਿਧਰੇ ਨੀ ਜਾਨ ਨਿਕਲਦੀ, ਕਿਹੜਾ ਕਿਹੜਾ ਹੁੰਦਾ ਹੁੰਦਾ, ਪਾਜਾ ਪਾਜਾ ਬੁੱਗੂ ਬਣ ਕੇ ਆਏ ਕੁਛ ਨੀ ਹੁੰਦਾ, ਮੈਨੂੰ ਬਾਰੀ ਦਵਾ ਗੱਲਾਂ ਦੇਖ ਕਰਦਾ, ਬਾਰੀ ਕੀ ਕਰੂੰਗੀ, ਤੂੰ ਤਾਂ ਪੁੰਡ ਪਾੜਤੀ, ਓਏ ਹੁਣ ਮੈਂ ਕੀ ਕਰਾਂ, ਹੁਣ ਜਿਹੜੀ ਰੱਬ ਨੇ ਚੀਜ਼ ਦਿੱਤੀ ਆ ਫਿਰ ਮੇਰੇ ਕੀ ਸਾਰੇ ਆ, ਹੁਣ ਹੋਰ ਰੱਬ ਦੀ ਦੇਣ ਕਦੀ ਦੇਣਾ, ਪਾਜਾ ਪਾਜਾ ਓਏ ਐਂ ਕਿਉਂ ਕਰੀ ਜਾਂਦੀ ਆ ਉਹੀ ਗੱਲ ਫਿਰ ਤੇਰੀ, ਇੱਥੋਂ ਦੁਖਦਾ ਹੈ ਦਰਦ, ਇੱਥੋਂ ਥੱਲੋਂ ਧੁੰਨੀ ਤੱਕ ਆ ਗਏ ਮੇਰੇ ਹਿਸਾਬ ਨਾਲ ਤਾਂ, ਫਿਰ ਇੱਥੇ ਤੂੰ ਹੱਥ ਧਰ ਰੱਖਿਆ, ਦੋ ਮਿੰਟ ਹੋਰ ਲੱਗੇ ਰਹਿੰਦਾ ਗਲਤੀ ਆ ਜਾਂਦਾ। ਅੱਛਾ ਪਰ ਦੁਬਾਰੇ ਫਿਰ ਕਿਵੇਂ ਕਰ ਗਏ, ਬਸ ਕੰਨਾਂ ਨੂੰ ਹੱਥ ਲਾ ਤੇ ਮੈਂ ਆਉਂਦੀ ਅੱਗੇ ਤੋਂ, ਪੰਜਰਾਂ ਦੀ ਮੰਮੀ ਬੜੇ ਡਬਲ ਕਰੀ ਫਿਰਦੀ ਆ, ਕੀ ਖਾਣੀ ਆ, ਕੀ ਖਾਣਾ ਹੈ, ਕੀ ਖਾਣਾ ਹੈ, ਇੱਕ ਅੱਧੀ ਵਾਰੀ ਹੋਰ ਲਾ ਤਾਂ ਮੈਨੂੰ ਲੱਗਦਾ ਲਮਕਣ ਲੱਗ ਜਾਣਗੇ, ਨਹੀਂ ਲਮਕਦੇ ਲਮਕਦੇ ਦਾ ਕਾਹਨੂੰ ਹੈ, ਪਰ ਐਂ ਰੱਖ ਗੋਲ ਬਣਾ ਕੇ, ਸੌਂ ਜਾ ਘੰਟਾ ਸੌਂ ਜਾ, ਨੀਂਦ ਦੇਖੀ ਹੁਣ ਆਉਂਦੀ, ਮੈਨੂੰ ਨਹੀਂ ਆਉਂਦੀ, ਤੈਨੂੰ ਕਿਹਾ ਸੀ ਅੱਜ ਬੰਦੇ ਕੋਲ ਨਹੀਂ ਮਾਲ ਹੈਗਾ ਯਾਰ, ਮੰਨਦੇ ਨਹੀਂ ਹੋ, ਜਦ ਮੈਨੂੰ ਆਇਆ ਸੀ ਚਾਹ ਸਰੀਰ ਡਾਊਨ ਹੈਗਾ ਯਾਰ, ਕੋਈ ਖਾ ਲਈਏ ਭੁੱਕੀ ਮਾਰੀ ਮੋਤੀ ਗਏ, ਹੈ ਉਹਨੇ ਮੈਨੂੰ ਕਿਹਾ ਸੀ, ਕਹਿੰਦਾ ਤਾਇਆ ਪੰਜ ਚਾਰ ਦਿਨ ਨਾ ਮਤਲਬ ਵੀ ਮਾਲ ਆਉਂਦਾ ਨੀ, ਪਹਿਲਾਂ ਲੈ ਜਾ, ਮੈਂ ਤਾਂ ਭਰਾਵਾ ਲਿਆਇਆ ਸੀ, ਮੈਂ ਝੂਠ ਮਾਰਾਂ, ਅੱਛਾ ਮੇਰੇ ਕੋਲ ਪਿਆ ਹਜੇ 10 ਦਿਨਾਂ ਦਾ, ਤੇ ਥੋੜਾ ਜਿਹਾ ਮੈਨੂੰ ਖਵਾ ਦੀ ਮਾਰੀ, ਤੁਸੀਂ ਤਾਂ ਜਦ ਹੜੰਬੇ ਹੋ ਖੱਪੇ ਲਿਆਉਣੇ ਆਏ ਖਵਾਉਣ ਨੂੰ, ਕੋਈ ਤੁਸੀਂ ਚਮਚਾ ਖਾਂਦੇ ਹੋ, ਉਹ ਜਦ ਹੜੰਬੇ ਕਾਹਨੂੰ, ਇੰਨੀ ਤੇਰੇ ਤਾਂ ਮੂਹਰੇ ਧਰਦੇ ਤਾਂ ਦੇ ਪੱਤੇ ਨਾਲ ਮਰੇਗਾ,
ਬੰਟ ਕੇ ਬਾਹਰ ਗਏ ਨਾਲ ਭੈਣ ਦੇ ਲੈਣ ਲਿਹਾਜ ਤਾਂ ਹੈਗੀ ਖਰਚਾ ਤਾਂ ਭਾਈ ਮੋਟਰ ਮਾਟਰ ਛੱਡਣੀ ਆ ਐਤਵਾਰ ਤੋਂ ਪਿਛਲਾ ਦਿਨ ਮੰਗਲਵਾਰ ਦੀ ਯਾਰ ਪਾਣੀ ਤਾਂ ਜਮੂ ਹੈ ਤੇ ਬਾਹਰ ਨੂੰ ਹਜੇ ਕਿਵੇਂ ਤਾਂ ਮੋਟਰਸਾਈਕਲ ਇੰਨੇ ਨੇੜੇ ਯਾਰ ਇਹ ਪੜਾ ਇੱਕ ਗੱਲ ਤੈਨੂੰ ਹੋਰ ਦੱਸਦਾ ਕਈ ਵਾਰੀ ਦੇਖਿਆ ਪਾਲਾ ਜਾਣੇ ਗਾਲ ਤੇ ਬਹਿਬਤ ਕਰਦੇ ਆ ਅੱਛਾ ਤੂੰ ਆਖੇਗਾ ਤਾਇਆ ਕੀ ਕਹਿੰਦੇ ਦੂਏ ਲੋਟਾ ਠੀਕ ਆ ਸਮਝ ਗਿਆ ਮੈਂ ਤਾਇਆ ਬੰਟ ਭੈਣ ਜਾਉਂਦਾ ਅੱਛਾ ਆਹੋ ਨਾਲੇ ਪਾਲੇ ਨੂੰ ਗਾਲ ਤਾਏ ਲਿਆ ਤੀਵੀਂ ਮਨ ਜਾ ਗੱਲ ਪੱਕੀ ਗੱਲ ਆ ਤਾਇਆ ਬੈਠ ਕੇ ਜਵਾਕ ਪੈਂਦੇ ਆ ਗਾਂ ਇੱਥੇ ਕੱਢੂ ਫੜਾ ਕੇ ਪੱਕੀ ਗੱਲ ਆ ਜਮਾ ਪੱਕੀ ਮੈਨੂੰ ਐ ਤਾਂ ਊਂ ਨਾ ਕੋਈ ਆਇਆ ਹੋਵੇ ਤੇ ਕੰਮ ਤੈਨੂੰ ਹੁਣ ਪਤਾ ਲੱਗ ਤੂੰ ਬਿਲਕੁਲ ਲਿਆ ਆ ਤਖਤੇ ਨਾਲ ਤਖਤੇ ਨਾਲ ਚੱਲ ਤਾਇਆ ਫਿਰ ਜੇ ਅੱਜ ਕਿਤੇ ਹੋਈ ਨਾ ਹਾਂ ਤਾਂ ਜੇ ਜਾਂ ਮਾਂ ਦੀ ਜਾਨ ਕੋ ਮਾਂ ਦੀ ਦਿਨ ਚੜ ਕੇ ਛੱਡਾਂਗੇ ਫੜ ਕੇ ਬੋਲਦੀ ਲੱਤਾਂ ਤਾਂ ਥੱਲੇ ਲਮਕਾ ਛੱਡੀਆਂ ਯਾਰ ਉਹ ਬੇਗਾ ਝਾਂਜ ਜਾਂਦੀ ਨੀ ਭਲਾ ਉਹ ਲੱਤ ਲਮਕੀ ਜਾਂਦੀ ਹਾਂ ਤਾਇਆ ਓਏ ਗੱਡੀ ਵਿੱਚੋਂ ਲੱਤ ਲਮਕੇ ਨੀ ਕੋਈ ਭੌਲ ਚੱਲਿਆ ਮਕਲ ਆਵੇ ਛੱਤ ਪੱਟਾਂਗੇ ਅੱਜ ਬਣ ਕੇ ਆਇਆ ਜਮਾ ਫਾਇਆ ਜਮਾ ਦਾਂਗੇ ਅੱਜ ਲਿਆਏ ਆ ਸੰਦ ਸੰਦੇ ਦਾ ਬੰਟ ਬੀ ਬੋਂਡੀ ਜਵਾ ਲੰਘਦਾ ਯਾਰ ਬਾਰੀ ਨੀ ਖੋਲ ਚੰਗਾ ਭਲਿਆ ਬੋਲੀ ਜਾਂਦੇ ਹੋ ਯਾਰ ਤੈਨੂੰ ਦੱਸਿਆ ਮਾਰਿਆ ਨਾ ਫਿਰ ਪੱਕਾ ਕਰਾਨਾ ਪੱਕਾ ਨਿਸ਼ਾਨਾ ਹੀ ਮਾਰਿਆ ਤਾ ਤੂੰ ਤਾ ਅੱਜ ਨੀ ਛੱਡ ਜਿਹੜੀ ਭੈਣ ਨੀ ਜਹਿ ਲਾ ਬਾਬਾ ਤੂੰ ਤਾਂ ਇਹਦਾ ਪਤਾ ਵੈਸੇ ਸਾਡੇ ਜਵਾਕ ਗਲੂਆਂ ਚ ਗਵਾਂ ਚ ਰੋਜ ਦਾ ਕੰਮ ਹੋ ਗਿਆ ਯਾਰ ਉਹ ਤਾਂ ਗਾਲੂ ਤਾਂ ਬੋਲੀ ਜਾਂਦੇ ਉਹ ਯਾਰ ਮੈਂ ਭਾਈ ਉਹਦਾ ਬਾਹਰ ਗਏ ਖੜਾ ਯਾਰ ਸਕੇ ਭਰਾ ਨੂੰ ਬਾਹਰ ਨੀ ਖੋਲਦਾ ਤਾਂ ਬਾਈ ਜੇ ਬੇਟਾ ਦਾ ਬੰਟ ਬਾਈ ਬੰਟ ਬੰਟ ਬਾਈ ਬੰਟ 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 ਤਾਂ ਮੈਨੂੰ ਲੱਗਦਾ ਚੋਦੇ ਜੇ ਭਾਈ ਲੰਘ ਜਾ ਹੋ ਜਾਊ ਮੈਨੂੰ ਲੱਗਦਾ ਬਾਅਦ ਉਹ
ਕਿਹੜੀ ਬੁੜੀ ਲਿਆ ਰੱਖੀ ਹੈ? ਨੰਗਾ ਤਾਂ ਉਹ ਚਾਦਰਾ ਲਾ ਕੇ ਪੰਜੇ ਰਾਤ ਨੂੰ ਪਾਲਾ ਤਾਂ ਇੱਧਰ ਆਇਆ ਸੀਗਾ ਥੱਕਿਆ ਮੈਨੂੰ ਤੇਰੀ ਭਾਂਡਾ ਖੁੱਦਾ ਇੱਥੇ ਬੜੀ ਮੈਂ ਵੇਚਦੀ ਟਪਾ ਦੂੰ ਖੁੰਡਾ ਕੀ ਫੜਾਂਗੇ ਲੋੜਾ ਫੜ ਲਈ ਅਸੀਂ ਲਿਆਉ ਆ ਫੜ ਲਾ ਅਸੀਂ ਲਿਆਉ ਹਾਂ ਇਸੇ ਕੰਮ ਵਾਲੀ ਲੋੜਾ ਫੜਾ ਐ ਕਰ ਲੋ ਇਸੇ ਕੰਮ ਵਾਲੇ ਇੱਥੇ ਬਹਿ ਜਾਓ ਲੋੜਾ ਫੜਦੇ ਨਾਲ ਤੁਹਾਡਾ ਕੀ ਬਦੌਲ ਮੇਰੇ ਘਰੇ ਆਉਣ ਦਾ? ਤੈਨੂੰ ਝੋਨੇ ਨੀ ਪਈ ਅੱਜ ਉਹ ਬਾਅਦ ਆ ਜਾਂਦਾ ਪਾਣੀ ਯਾਰ ਦੋ ਦਿਨ ਹੋ ਗਏ ਮੈਂ ਸੁੱਤਾ ਨੀ ਤੂੰ ਬਗ ਜਾ ਤੇਰੀ ਜਾਨ ਨਿਕਲਦੀ ਹੈ ਹਟ ਗਿਆ ਭਾਈ ਮੈਂ ਦੋ ਦਿਨ ਹੋ ਗਏ ਸੁੱਤਾ ਨੀ ਕੱਦੂ ਕਰੀ ਗਿਆ ਤੇਰੀ ਭੈਣ ਦਾ ਫੁੱਦਾ ਇੱਥੇ ਗੁੱਲੀ ਡੰਡਾ ਜਵਾਕਾਂ ਨੂੰ ਕੋਈ ਮਾੜਾ ਕੰਮ ਕਰੀ ਜਾਂਦਾ ਮੈਂ ਖਬਰਦਾਰ ਹੋ ਜਿੱਥੇ ਮੈਂ ਘਰ ਕੋਲੇ ਤੇ ਕੈਮਰੇ ਆਏ ਤੜਕੇ ਤੇ ਗੱਲ ਦੇਣੀ ਪੈ ਜੂ ਦੇਖ ਲੈ ਦੂਸ਼ਣ ਲਾਉਂਦਾ ਯਾਰ ਬੋਲਦੇ ਨੀ ਤਾਂ ਬੋਲਦੇ ਨੀ ਨਾ ਉਹ ਬਗਜਾ ਜੋਰਿਆ ਕਹਦਾ ਯਾਰ ਪਾਣੀ ਲਾ ਕੇ ਹੁੰਦੀ ਆ ਬੰਦੇ ਦੀ ਬੀੜੀ ਤੂੰ ਤਾਂ ਭੈਣ ਨੀ ਲਿਆਉਂਦਾ ਜਵਾਕ ਪੱਟ ਤੇ ਜਵਾਕ ਤੂੰ ਤੂੰ ਜਵਾਕ ਨੀ ਕਿਸੇ ਜਿਹੜਾ ਨਾਲ ਲਈ ਅਸੀਂ ਜਦ ਕੰਮ ਆਏ ਆ ਲਾਲ ਚੱਟਰ ਨੂੰ ਇਹਨਾਂ ਦੀ ਮੱਚਦੀ ਹੈ ਇਹ ਬਹਿ ਕੇ ਕਰਨ ਵਾਲੇ ਆ ਇੱਥੇ ਕਰ ਲੋ ਇੱਥੇ ਬਹਿ ਕੇ ਕਰ ਲੋ ਨਹੀਂ ਉਹ ਖੋਲ ਲੋ ਹੱਥ ਬਣਾ ਲੋ ਕਿਉਂ ਸਾਡੇ ਘਰੇ ਹੈ ਨੀ ਕੋਈ ਕੰਜਰ ਖਾਨ ਨੂੰ ਹੋ ਪਈ ਆ ਮਾਲਕਣੀ ਅੰਦਰ ਮੈਂ ਕਹਦਾ ਕੰਜਰ ਖਾਨਾ ਬਣਾ ਲਾ ਦੇਖਣ ਦਾ ਸਾਡੇ ਬਾਰ ਕੇ ਖੜਾ ਕੀ ਕਰਾਏਗਾ ਤੂੰ ਲੋੜਾ ਪਟਾ ਦੇ ਮਰ ਜਾ ਪਟਾ ਦੇ ਕੋਈ ਨੀ ਕਰਾ ਦੀ ਲੋੜਾ ਫੜ ਲਾ ਫਿਰ ਬੈਠਾ ਰਹਿ ਬੈਠਾ ਰਹਿਣ ਦੇ ਪਾਲਿਆ ਭੈਂਦਾ ਫੁੱਦਾ ਆਪਦੀ ਦਾ ਛੱਡ ਕੇ ਆਉਂ ਅਗਲਾ ਨਾਲ ਫੁੱਦਾ ਲਿਆ ਡਾਂਗ ਲਿਆ ਘਰੋਂ ਇੱਕ ਤਾਂ ਪੌੜੀ ਮੰਜਾ ਲਿਆ ਪਾ ਲਿਆ ਪੈ ਮੱਥਾ ਲਿਆ ਪੌੜੀ ਲਿਆ ਚਾਹ
ਤੂੰ ਐ ਕਰ ਪੌੜੀ ਤੂੰ ਤਾਂ ਪੌੜੀ ਚੱਕ ਲਿਆਈ ਮੰਜਾ ਲਿਆਈ ਲਾਜ਼ਮੀ ਇੱਥੇ ਡਾ ਲਾ ਚੰਗਾ ਪਰਿਵਾਰ ਬੈਠਾ ਪੰਜ ਚੱਕੀਆਂ ਪੌੜੀਆਂ ਤੇ ਪੁੱਛਣਾ ਕਾਂ ਜੀ ਬੜਾ ਵੱਡਾ ਹੋ ਗਿਆ ਅੱਛਾ ਬੁਰੀ ਲਿਆ ਬੁਰੀ ਬੰਦਰ ਸਾਡੇ ਨਾਲ ਕਲੇਸ਼ ਹੋ ਗਿਆ ਜਵਾਕ ਗਾਲੂ ਜਦ ਸਾਡਾ ਗਵਾਂਢ ਜਦ ਬੇਇੱਜ਼ਤੀ ਕਰਾਈ ਜਾਂਦਾ ਜਦ ਅਸੀਂ ਫੜਾਂਗੇ ਬੁਰੀ ਅੰਦਰ ਆ ਯਾਰ ਖੁੰਡੇ ਲੈ ਲੈ ਆਉਂਦਾ ਮੈਂ ਕਿਹਾ ਕੋਈ ਨੀ ਪੁੱਤ ਤੂੰ ਛੱਡਣ ਜਾਈ ਉਹ ਖੜਾ ਸਕੂਟਰ ਪਾਲੇ ਦਾ ਅੰਦਰ ਆ ਯਾਰ ਅਸੀਂ ਦੇਖ ਲਈ ਉਵੇਂ ਜੋਕਰ ਝਾਂਜਰਾਂ ਪਾਈਆਂ ਲਾਲ ਸੂਟ ਯਾਰ ਪਤਾ ਨੀ ਭਰਾਵਾ ਰੱਬ ਜਾਣੇ ਸਕੂਟਰ ਸੀ ਲਿਆਇਆ ਉਹ ਖੜਾ ਸਕੂਟਰ ਪਾਲਾ ਵੀ ਅੰਦਰਾ ਕੰਧ ਤੋਂ ਨੀ ਸਾਡੇ ਇੱਟ ਮਾਰਦਾ ਸੀ ਅੱਛਾ ਜੀ ਲੈ ਹੋਰ ਹੁਣ ਮੈਂ ਤੇ ਜੋਰਾ ਮੰਜਾ ਲੈਣ ਗਿਆ ਹੋਇਆ ਘਰੋਂ ਬੇਇੱਜ਼ਤੀ ਕਰਦਾ ਯਾਰ ਉਲਟਿਆ ਬੰਦਾ ਹੈ ਚਾਗੜ ਹੋਰ ਹੁਣ ਯਾਰ ਭੈਣ ਚੋਦਾ ਇੱਥੇ ਯਾਰ ਬੁੜੀਆਂ ਮਾਰੀ ਕੱਢਣੀ ਯਾਰ ਮਾਰੀ ਘਰ ਵਸਦੇ ਆ ਯਾਰ ਨਿਕਲਿਆ ਸੀ ਨੰਗਾ ਸੀ ਜਮਾ ਅੱਛਾ ਹੋਰ ਹੁਣ ਨੰਗ ਚੜੰਗਾ ਯਾਰ ਲਾਂਸ ਪਾ ਲੈਂਦੇ ਸੱਟ ਲੈਂਦੇ ਐ ਕਰੋ ਮੈਂ ਤਾਂ ਕਹਿੰਦਾ ਇੱਧਰ ਦੀ ਚੜੋ ਤੂੰ ਤੇਰਾ ਕੱਦ ਲੰਮਾ ਅੱਛਾ ਸਰੀਰ ਹੌਲਾ ਇੱਧਰ ਨੀ ਚੜ ਕੇ ਮਗਰ ਖੜੇ ਇੱਧਰ ਬਾਹਰ ਖੁੱਲੀ ਜਾਂਦਾ ਮੈਨੂੰ ਪਤਾ ਬੈਠ ਖੜਾ ਫਿਰ ਤਾਂ ਜਾ ਵੜਾਂਗੇ ਰਾਫਲ ਚਲਾ ਦਿਆਂਗੇ ਦੇਖੀ ਬਾਹਰ ਖੁੱਲਾ ਬੰਦਾ ਬੈਠਾ ਕੋਈ ਬੰਦਾ ਪਾਲਾ ਜਿੰਦਾ ਹੈ ਦੋਨੇ ਇਕੱਠੇ ਕਿਵੇਂ ਲੈਣਗੇ ਯਾਰ ਮਗਲੀ ਤੇ ਮੂਲੀ ਯਾਰ ਦੋ ਕੁੱਤੀਆਂ ਓ ਨਹੀਂ ਆਏ ਨੀ ਉਹ ਕਹੀ ਜਾਂਦਾ ਸੀ ਅੱਗੇ ਵੜ ਨੀ ਜਾਂਦਾ ਤਾਂ ਬਾਰ ਬਾਰ ਰੱਖਿਆ ਅੱਛਾ ਲੈ ਹੋਰ ਹੈ ਬਾਹਰ ਤਾਂ ਹੈ ਨੀ ਬੋਲ ਮਾਰ ਕੇ ਕਦੇ ਪਾਲਿਆ ਓਏ ਪਾਲਿਆ ਓਏ ਕਦੇ ਉਹ ਬੰਤ ਹੈ ਨੀ ਯਾਰ ਬੰਤ ਓਏ ਹੈ ਨੀ ਯਾਰ ਇੱਧਰ ਤਾਂ ਡੱਬੀ ਖੜਿਆ ਕਮਾਣੀ
ਥੋੜੇ ਖੰਭ ਘੱਟ ਆਏ ਲੋੜਾ ਫੜਦਾ ਕੰਜਰਾ ਬੰਦੇ ਦਾ ਕੰਧਾਂ ਤੇ ਚੜੇ ਫਿਰਦੇ ਆ ਉਹ ਪਾਲਿਆ ਪਾਲੇ ਦਾ ਸੁਭਾਅ ਭੈੜਾ ਮੈਂ ਤੈਨੂੰ ਉੱਥੇ ਥੱਲੇ ਉਤਰਿਆ ਮੇਰੀ ਗੱਲ ਸੁਣ ਲਿਆ ਬੰਤ ਕਬੂਤਰ ਟੱਟ ਕੇ ਲੈ ਜੂ ਮੈਂ ਤਾਂ ਥੱਲੇ ਉੱਤਰ ਜਾ ਥੱਲੇ ਉੱਤਰ ਮੈਂ ਚੰਗਾ ਰਹੇਗਾ ਹਾਂ ਦੇ ਫੱਜਾ ਸਾਲਾ ਆ ਲੋੜਾ ਫੜ ਲਾ ਕੇ ਮੇਰਾ ਲੈ ਜ਼ਿੰਮੇਦਾਰ ਕੌਣ ਇੱਥੇ ਕੰਧਾਂ ਤੇ ਚੜੇ ਫਿਰਦੇ ਰਾਤ ਨੂੰ ਅੱਛਾ ਤੈਨੂੰ ਕੋਈ ਝੋਰਾ ਫਿਰ ਅੱਛਾ ਠੀਕ ਜੋ ਆਪ ਨੂੰ ਮਿਲ ਜੇ ਫੇਰ ਤਾਂ ਨੀ ਆਪ ਨੂੰ ਕਹਣਾ ਮਿਲ ਜੇ ਆ ਜਾ ਫਿਰ ਬਾਰੀ ਲਾ ਲਾ ਆ ਜਾ ਲਾ ਜਾ ਆ ਜਾ ਹਾਂ ਨਹੀਂ ਕੋਈ ਪੜੇ ਹੋਏ ਮੇਰੀ ਬਾਰੀ ਆ ਜਾ ਆ ਜਾ ਆਏ ਮੈਨੂੰ ਬਚਾ ਸੀ ਇਹ ਮੰਡਾ ਜਵਾਬ ਨਹੀਂ ਦਿੰਦਾ ਲੋੜਾ ਫਿਰ ਲਗਾ ਸਾਲਾ ਉਮਰ ਦਾ ਓਏ ਤੂੰ ਜਾਣਾ ਕਿ ਨਾ ਓਏ ਤੇ ਚਲ ਓਏ ਯਾਰ ਤੂੰ ਸਾਰੇ ਭਗ ਜਾ ਓਏ ਤੂੰ ਮੈਂ ਤੈਨੂੰ ਹੁਣੇ ਦੇ ਦੂੰ ਕਬੂਤਰ ਖਬਰਦਾਰ ਹੋਇਆ ਕਾਦੀ ਬਾਰੀ ਯਾਰ ਉਹੀ ਗੱਲ ਫਿਰ ਆਪੀ ਗਈ ਜੰਨਾ ਯਾਰ ਨਾ ਤੂੰ ਮੈਂ ਤਾਂ ਤੈਨੂੰ ਤਾਂ ਆ ਗਿਆ ਹੁਣ ਕਿੱਧਰ ਗਿਆ ਸਾਲਾ ਚਲ ਮਕੰਦ ਘਰ ਨੂੰ ਚੱਲ ਮੈਂ ਤੈਨੂੰ ਦੱਸਿਆ ਕਿਸੇ ਨੂੰ ਜਮਾਨਤਾਂ ਨੀ ਕਰਾਉਣੀਆਂ ਬਣੇ ਫਿਰਦੇ ਹੋ ਐਸਾ ਪਰਚਾ ਠੋਕੂ ਝੱਗ ਘਰ ਘਰ ਤੇ ਕੰਧਾਂ ਤੇ ਚੜੇ ਫਿਰਦੇ ਤੁਸੀਂ ਐਂ ਕਿਵੇਂ ਚੜ ਸਕਦੇ ਹੋ ਉਹਦੇ ਨਾਲ ਬੰਨਿਆ ਜਾਨਵਰ ਇੱਥੇ ਸਾਲਾ ਜਾਨਵਰ ਦਾ ਨਾ ਤੂੰ ਲਿਆ ਮੈਨੂੰ ਪਤਾ ਤੂੰ ਭੈਣ ਹੀ ਆਈ ਇਹਨੂੰ ਉਠਾ ਕੇ ਮਕੰਦ ਨੂੰ ਮੈਂ ਤੈਨੂੰ ਖਬਰਦਾਰ ਹੋ ਚੱਕੂ ਮੈਂ ਤਾਂ ਉਹਦੇ ਘਰ ਨੂੰ ਜਾਓ ਇੱਥੇ ਕੈਮਰੇ ਲੱਗੇ ਆ ਇਹਦਾ ਪੁੱਤ ਫੜੀ ਜਾਊ ਕੀ ਫੜੀ ਜਾਊ ਅੱਛਾ ਜਦੋਂ ਤੂੰ ਬੁੜੀ ਲਿਆਉਣਾ ਉਦੋਂ ਕੈਮਰੇ ਨਹੀਂ ਚੱਲਦੇ ਤੇਰਾ ਭੈਣ ਚੋਦ ਕਹਿੰਦਾ ਯਾਰ ਬੁੜੀ ਲਿਆਂਦੀ ਹੈ ਤੂੰ ਫਿਰ ਅੰਦਰ ਬਾੜ ਕੇ ਸਾਨੂੰ ਕਿਉਂ ਬਾੜਾਂ ਚੋਰ ਆ ਫਿਰ ਮੈਂ ਕਿਹਾ ਬਗ ਜਾਓ ਯਾਰ ਮੈਂ ਤੁਹਾਨੂੰ ਦੱਸਤਾ ਚੋਰ ਹੈ ਲੈ ਨਹੀਂ ਜਿੰਦੇ ਛਈ ਜਾ ਤਾਂ ਹੀ ਠਿੱਕ ਕਰਾਂਗੇ ਅਹੀਂ ਲਉ ਅਹੀਂ ਲਉ ਫੜ ਕੇ ਬੈਠੇ ਰਹੋ ਇੱਥੇ ਉਹ ਚੰਦ ਕੰਜੇ ਦੇ ਅੱਖੀ ਬੀੜੀ ਬੱਟਾ ਕਰ ਲਓ ਤੂੰ ਕਰ ਲਾ ਜਾ ਤੂੰ ਵੀ ਬੱਟਾ ਕਰ ਲਓ ਮੈਂ ਤਾਂ ਉਹ ਪਈ ਅੰਦਰ ਉਹ ਪਈ ਅੱਲ ਵਰਗੀ ਹੁਣ ਕਿ ਮੈਂ ਮੰਨ ਗਿਆ ਜਿਹੜੇ ਬਣ ਜਾਣੀ ਹਾਂ ਕਰ ਲਓ ਬੀੜੀ ਬੱਟਾ ਮੇਰੇ ਸਾਲਿਓ ਤੇਰੇ ਰਾਜ ਨਾ ਥੱਲੇ ਇਸ ਕਮ ਹੈ ਜਿਹੜਾ ਦੇ ਭਾਂਜਾ ਦਿੰਨਾ ਬੈਠਾ ਬੈਠਲ ਨੂੰ ਕੱਢ ਕੇ ਪਾ ਲਓ ਆ ਲੌੜਾ ਫੜ ਲੈ ਮੇਰਾ ਕਿਆ ਸਾਡਾ ਤੇ ਛੰਜਾ ਹੈ ਦਾ ਲਿਆ ਉਹਦੇ ਆਉ ਬਾਹਰ ਟਾਉ ਚੰਦ ਕਿਸੇ ਵੇਲੇ ਜਾਓ ਕਬੂਤਰ ਲੈ ਕੇ ਆ ਜਾ ਕਬੂਤਰ ਲੈ ਕੇ
ਗੱਲ ਹੋ ਗਈ ਭਾਈ ਗੈਰ ਜਿੱਦਾਂ ਨਿਕਲ ਜਾਂਦਾ ਹੱਥ ਆਪਣਾ ਛੱਡਿਆ ਵੀ ਸਾਡਾ ਤੇ ਗਮਾਂਢ ਮੱਚਾ ਸਿਆਣੇ ਬੰਦੇ ਆ ਫਿਰ ਰੌਲਾ ਪੈ ਜੂ ਸਾਰੇ ਪਿੰਡ ਪਏ ਜਾਂ ਜਦੋਂ ਹਟਦੇ ਹੀ ਨੀ ਗਰ ਜਾਂ ਕੋਈ ਦਬਾ ਜੇ ਫਿਰ ਇਹ ਕੀ ਗੱਲ ਹੋਈ ਜਵਾਬ ਕਿਸੇ ਗੱਲ ਮੇਰਾ ਤਾਂ ਹੱਕ ਹੀ ਬਣਦਾ ਯਾਰ ਭਾਈ ਇੱਕ ਵੇਲੇ ਦਾ ਵੀ ਸਾਰਿਆਂ ਦਾ ਸਾਡਾ ਬਣਦਾ ਨਹੀਂ ਯਾਰ ਮੇਰਾ ਹੱਕ ਬਣਦਾ ਯਾਰ ਸਾਡਾ ਬਣਦਾ ਨਾ ਛਕੇ ਛਕੇ ਲਿਆ ਭਾਈ ਆ ਯਾਰ ਮੈਨੂੰ ਦਵਾ ਦੇ ਕੀ ਜਾਨ ਨਿਕਲ ਗਿਆ ਆਵੇ ਦਵਾ ਦੇ ਆਉਂਦੇ ਨਹੀਂ ਫਿਰ ਜਾਂ ਤੂੰ ਆ ਦੇਖੀ ਫੁਰਚੀਆਂ ਗਰਮਾਇਸ਼ ਬੜੀ ਪਈ ਆ ਸਾਲ ਹੋ ਗਿਆ ਬਸ ਇੱਥੇ ਆ ਸਾਰੇ ਹੋਰ ਗਾ ਕੋਈ ਟੂਪ ਟਾਪ ਲਿਆ ਫਿਰ ਜਾਨਾ ਗਰਮਾਇਸ਼ ਕਰ ਕੀ ਆ ਸਾਲ ਹੋ ਗਿਆ ਕੋਈ ਮੋਟਰਸਾਈਕਲ ਜ਼ਬਤ ਕਰੋ ਮੋਟਰਸਾਈਕਲ ਜ਼ਬਤ ਕਰ ਲਈਏ ਤਾਂ ਹੋਰ ਹੁਣ ਕੀ ਆ ਕੰਡ ਤੁਹਾਨੂੰ ਦਿਸਿਆ ਕੁਛ ਨਾ ਯਾਰ ਪਾਲਾ ਤਾਂ ਹੈ ਨਹੀਂ ਬਾਹਰ ਆ ਗਿਆ ਇੱਧਰ ਪਰਲੇ ਪਾਸੇ ਆ ਪੈ ਗਿਆ ਵੇ ਦੇਖੋ ਸਾਡੇ ਜੇ ਥੱਲੇ ਪੈ ਗਿਆ ਬਾਹਰ ਆ ਰਿਹਾ ਕਿ ਕਿਵੇਂ ਬਾਹਰ ਤਾਂ ਰਿਹਾ ਬਾਹਰ ਫਿਰ ਲਵਾ ਲਿਆ ਪਹਿਲਾਂ ਤਾਂ ਹੈ ਹੀ ਨਹੀਂ ਸੀ ਪਹਿਲਾਂ ਹੈ ਨਹੀਂ ਸੀ ਬਾਹਰ ਹੁਣੀ ਲਵਾਇਆ ਭਾਂਡੇ ਯਾਰ ਨੇ ਅੱਛਾ ਹਾਂ ਪਾਲਾ ਕਿਤੇ ਡਾਂਗ ਨਾਲ ਲੈ ਕੇ ਬੈਠਾ ਹੋਵੇ ਤਾਂ ਉਸ ਚੰਮਾ ਪਾਲਾ ਡਾਂਗ ਕਾਨੂੰ ਜਰਾ ਲਾਲਾਂ ਚੱਕੀ ਜਾਂਦਾ ਪਾਲਾ ਰਾਖੀ ਤੇ ਸਕੂਟਰਾ ਪਾਲੇ ਦਾ ਹਾ ਸਕੂਟਰ ਜਾਣਦਾ ਨੀ ਪਾਲੇ ਨੂੰ ਐ ਮੇਰੇ ਨਾਲ ਕਦੇ ਮੁੰਮਾ ਲੱਗ ਗਿਆ ਕਦੇ ਪੱਟ ਲੱਗ ਗਿਆ ਕਦੇ ਕੂਨੀ ਲੱਗ ਗਈ ਉਹ ਆਏ ਰਹਿੰਦੇ ਖੜਾ ਕਰਨਾ ਛਿੱਟ ਰਹਿੰਦੇ ਉਹ ਆ ਕੰਮਾਂ ਵਾਲਾ ਇੰਨਾ ਹੀ ਵਾਧੂ ਆ ਉਹਨੂੰ ਹੋਰ ਭੈਣ ਦੀ ਬੁੱਧੀ ਵਾਰੀ ਲਵਾਉਂਦਾ ਇੰਨੇ ਕਮਲੀ ਬੰਦੇ ਨਾ ਵਜੋ ਮੁੱਠ ਮਰੀ ਜਾਂਦਾ ਹੋਰ ਭੈਣ ਦੀ ਬੁੱਧੀ ਜੰਮਨ ਬਹੁਤ ਲੜਦੇ ਉਹਨੂੰ ਪਾਲੇ ਨੂੰ ਹੋਰ ਉਹਦੀ ਮਾਂ ਚੱਕਰੀ ਕਹਿੰਦੀ ਪਾਈਏ ਕਿ ਉੱਥੇ ਜਾ ਵੜ ਜਾ ਉਹਨੂੰ ਕਹੀ ਦੇਣਾ ਚਾਹੇ ਘਰ ਜਾ ਜਾ ਬਾਹਰ ਜਾ ਕਹਿਣੀ ਪਊ ਕਬੂਤਰ ਕਾਹਦੀ ਉੱਡਿਆ ਫਿਰਦਾ ਮੇਰਾ ਹੁਣ ਕਬੂਤਰ ਚ ਵੜਿਆ ਪਿਆ ਤੈਨੂੰ ਉੱਡਣ ਦੀ ਆ ਧੱਕੀ ਆਉਂਦਾ ਕਬੂਤਰ ਤਾਂ ਬਾਹਰ ਤਾਂ ਸਾਰਾ ਅੰਦਰ ਕਬੂਤਰ ਅੰਦਰ ਗਿਆ ਚੰਗੀ ਰੱਖ ਕਰੇ ਪੜਾਕੇ ਸੁਣ ਤੇ ਹੋ ਰਿਹਾ ਉਹ ਮੈਂ ਤਾਂ ਉਹੀ ਬੈਠਾ ਸੀ ਬਾਬਾ ਸਾਲਾ ਉਹੀ ਬੈਠਾ ਹੈ ਇਹ ਕੀ ਕੰਮ ਕਰਦਾ ਤੂੰ ਉਹ ਮੈਂ ਤਾਂ ਬਹਿ ਗਿਆ ਕੀ ਗੱਲ ਹੈ ਫਿਰ ਮੁੱਠਾ ਨਹੀਂ ਮਾਰੀ ਓਏ ਹੈ ਮੁੱਠਾ ਨਹੀਂ ਮਾਰੀ ਮਾਰੀ ਹੋ ਕੰਜਰਿਆ ਨਾ ਨਾ ਖੜਾ ਹੋ ਰਿਹਾ ਓਏ ਮੇਰੀ ਗੱਲ ਸੁਣ ਹੁਣ ਕਿਵੇਂ ਕਰੀਏ ਇਹਨੂੰ ਛੱਡਣ ਦਾ ਤੂੰ ਐ ਕਰ ਬਾਬਾ ਫਿਰ
ਸ਼ੇਰ ਬਣ ਕੇ ਤੂੰ ਕਰ ਗੱਲ ਐਨਕਾ ਹਜੇ ਕੰਮ ਚ ਐਨਕਾਂ ਰਹਿੰਦੀਆਂ ਹੁੰਦੀਆਂ ਅੱਛਾ ਊ ਤੈਨੂੰ ਦੀਂਦਾ ਨੀ ਉਹ ਦਿਨੇ ਨੀ ਦੀਂਦਾ ਰਾਤ ਨੂੰ ਤੇ ਦੀਂਦਾ ਚਾਨਣ ਚ ਐਨਕਾਂ ਕੋ ਲੋਟ ਆਉਂਦੀਆਂ ਯਾਰ ਪਾਲਿਆ ਤੂੰ ਆਪ ਸਿਆਣਾ ਬੈਣ ਚੱਲ ਪੁੱਛ ਫਿਰ ਜਾ ਕੇ ਐਨਕਾਂ ਤਾਂ ਛਿੰਦਰ ਪਈਆਂ ਹੋਣੀਆਂ ਲਾ ਲੈਂਦੇ ਆ ਲਾ 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 ਫਿਰ ਦੀਂਦਾ ਤਾਂ ਘੱਟ ਹੀ ਆ ਮੈਨੂੰ ਹੁਣ ਤਾਂ ਤੈਨੂੰ ਘੱਟ ਦੇ ਤੂੰ ਉਹ ਤੋਂ ਵੱਧ ਦੀਂਦਾ ਓਏ ਆਏ ਅੰਦਰ ਤਾਂ ਆ ਲਿਆ ਪਈਆਂ ਐਨਕਾਂ ਲਾ ਕੱਪੜੇ ਤਾਂ ਪਾ ਦਿੰਦਾ ਬਾਬਾ ਓਏ ਦੇ ਕੱਪੜੇ ਪਾਏ ਤਾਂ ਹੈ ਯਾਰ ਉਹੀ ਗੱਲ ਪਾਲਿਆ ਤੂੰ ਆ ਜਾ ਉਹਨਾਂ ਨਾਲ ਗੱਲ ਕਰੀਏ ਚੁੰਨੀ ਦੀ ਪਿਆ ਆ ਜਾ ਗੱਲ ਕਰਦੇ ਉਹਨਾਂ ਨਾਲ ਪਾਲਾ ਕਹਿੰਦਾ ਫੇਰ ਵੀ ਭਾਈ ਆ ਕਹਿੰਦਾ ਕਾਹਨੂੰ ਕਹਿੰਦਾ ਬਹਿੰਦੇ ਗੱਲ ਬਾਤ ਕਰਦੇ ਆ ਕੀ ਦਬਾਉਣੇ ਯਾਰ ਉਹੀ ਗੱਲ ਚੰਦ ਸਿਆਣਾ ਪੈਣਾ ਯਾਰ ਤੂੰ ਕੰਮ ਖਰਾਬ ਕਰਤਾ ਯਾਰ ਮੇਰਾ ਤੇ ਉਹੀ ਰਗਲ ਉਹੀ ਰਾਤ ਟਪਾ ਦੀ ਮੇਰੀ ਗੱਲ ਸੁਣ ਚੰਦਾ ਅੱਜ ਕਿਤੇ ਜਿਹੜਾ ਕੰਮ ਹੋਣਾ ਸੀ ਹੋ ਗਿਆ ਜਨਾਨੀਆਂ ਦੇ ਹੱਥ ਚ ਤਰਨਾ ਤੇਰੀ ਸੌ ਜਮਾ ਇਹਦੇ ਨਾਲ ਵੀ ਚੱਕਮੀ ਆ ਜੇ ਕਹਿਣਾ ਤਾਂ ਭਾਈ ਗੱਲ ਕਰਾ ਦੂੰ ਜੇ ਕਲੇਸ਼ ਕਰਨਾ ਉਹ ਤੁਹਾਡੀ ਮਾਂ ਨਾ ਕਰਾ ਦੇ ਜਰਾ ਅਸੀਂ ਕੀ ਲੈਣਾ ਕਰਾ ਦੇ ਆਪ ਜੋ ਲਿਆ ਸਾਡੇ ਵੰਨ ਰੋਜ ਲਿਆ ਮੇਰੀ ਗੱਲ ਸੁਣ ਜਿੱਦੇ ਪਰਸੋਂ ਰਾਤ ਨੂੰ ਗਿਆ ਜੀਪ ਦੇ ਦੀ ਤੇਰੇ ਲਈ ਨਾ ਲੈ ਜੀ ਹੈ ਲੈ ਜੀ 5-400 ਰੁਪਇਆ ਵੀ ਲਾ ਦੂੰ ਬਸ ਤਿੰਨ ਚੜਾ ਲਿਓ ਤਿੰਨੇ ਲਾਉਂਗੇ ਨਾ ਨਹੀਂ ਨਾ ਨਹੀਂ ਕਰਨਾ ਜੇ ਮਾਂ ਬਸ ਇੱਕ ਕੰਜ ਗਿਆ ਹੁਣ ਭਾਈ ਆ ਦੀ ਰਹਿ ਕਰ ਲਓ ਜੇ ਮੈਨੂੰ ਆਖਿਓ ਆ ਐਵੇਂ ਕਲੇਸ਼ ਕਰੀ ਜਾਓ ਓਏ ਯਾਰ ਤੈਨੂੰ ਅਗਲੇ ਕਿਹੜੇ ਕੋਈ ਛਾਬਰ ਵੀ ਹੁੰਦਾ ਸਿਆਣਾ ਬੰਦਾ ਇੱਕ ਪਾਲੇ ਨੂੰ ਲੈ ਕੇ ਜੂੰ ਫੇਕ ਤੇ ਜੀ ਤਿੰਨ ਹੋ ਗਿਆ ਓ ਇੰਨੇ ਆਪਣੇ ਤਿੰਨ ਦੋ ਆਪਣੀ ਇੱਕ ਇਹਦੀ ਤਿੰਨ ਹੋ ਗਿਆ ਆ ਕੀ ਹੋ ਜੇ ਮਕਾਨ ਜੂ ਆਪਾਂ ਹੋਈ ਜਾ ਗੱਲ ਓ ਭਾਈ ਤੁਸੀਂ ਹੁਣ ਇਹਦੇ ਨਾਲ ਰਾਇਆ ਕਰ ਲਓ ਮੈਨੂੰ ਆਖਿਓ ਕੱਲ ਨੂੰ ਤੁਸੀਂ ਨਿਗਾਹੜਾ ਵੀ ਹੋ ਕੋਈ ਬੰਦਾ ਇਹਨੇ ਨਾਲ ਯਾਰ ਕੀ ਕਰਨਾ ਖੜਾ ਨਹੀਂ ਹੁੰਦਾ ਹੋ ਹੋਰ ਮੁਸ਼ਕ ਮਾਰੀ ਜਾਂਦੀ ਆ ਕੀ ਕਰ ਲਈ ਜੋ ਹੋ ਜਾਈ ਫਿਰ ਔਖਾ ਛੋਖਾ ਅਚਾਨਕ ਕਹਿੰਦਾ ਭਾਈ ਚੰਦ ਨਾਲ ਰਾਇਆ ਕਰੋ ਆਪਾਂ ਨੂੰ ਜਦ ਹੁੰਦੀ ਆ ਗੱਲ ਤੂੰ ਅੱਛਾ ਨੇ ਬੰਦਾ ਜੀ ਗੱਲ ਬੋਲ ਦੇ ਹਾਂ ਲੈ ਕੇ ਹਟੇ ਮਾਰ ਲਓ ਕਹਿ ਕੇ ਨਾ ਲੈ ਪਰਸੋਂ ਪਰਸੋਂ ਤਿਆਰੀ ਤੂਰੀ ਕਰ ਲਾ ਜੀ ਜੀ ਟੈਗ ਫੂਕ ਕੱਢ ਦਾਂਗੇ ਜੀ ਜੀਪ ਲੈ ਚੱਲਾਂਗੇ ਢੋਲੀ ਤੇਲ ਦੀ ਪਾ ਕੇ ਹਾਂ ਤਿਆਰ ਕਰਕੇ ਖੜਾ ਦੀ ਖਰਚਾ ਵੀ ਦੇ ਦਾਂਗੇ 5 ਬਸ ਠੀਕ ਹੈ ਬਾ ਫਿਰ ਮੈਂ ਕੱਲੀ ਬੈਠ ਕੇ ਆ ਜੀ ਆਪਣੀ ਚੱਲਾਂਗੇ ਇੱਥੇ ਆ ਜੀ ਬਸ ਚੱਲਾਂਗੇ ਅੱਛੀ ਆਪਾਂ ਕਰਨਾ ਨਾ ਤੇਰੇ ਨਾਲ ਫਿਰ ਚੜ੍ਹਨੀਆਂ ਨੀ ਉੱਪਰੇ ਬੰਦੇ ਨਾਲ ਤੂੰ ਚੜ੍ਹਾ ਲਈ ਮੈਂ ਚੜ੍ਹਾ ਚੱਲਾਂਗੇ ਮੈਂ ਤੇ ਪਾਲਾ ਜਾਵਾਂਗੇ ਮੈਂ ਚੰਦਰੇ ਪਿਆ ਤੂੰ ਇੱਥੇ ਪੈ ਜੀ ਆ ਕੇ ਬਸ ਠੀਕ ਆ ਬਾਈ ਇਹ ਸ਼ਾਨੀ ਗੱਲ ਠੀਕ ਆ ਫਿਰ ਜਾਓ ਹੁਣ ਇਹ ਹੱਕ ਦੀ ਗੱਲ ਕਰੀ ਆ ਯਾਰ ਫਿਰ ਆਪਣੇ ਇੱਕ ਕਮਰੇ ਚ ਲੋਟ ਆ ਜੂ ਦੋਨੋਂ ਆ ਜੂ ਆਪਾਂ ਦਾ ਕੋਈ ਸੰਗ ਨਹੀਂ ਜੇ ਖਵੇਂ ਭਰਾਵਾ ਸਮਝ ਨਹੀਂ ਆ ਭਾਈ ਨੂੰ ਭਾਈ ਦੀ ਟੀਵੀ ਪਿੱਛੇ ਕੋਈ ਸੰਗ ਨਹੀਂ ਜਿਹੜੇ ਤੇ ਜਲਦੀ ਤਾਂ ਡਾਕਟਰ ਕਹਿੰਦੇ ਵੀ ਕਰੋ ਦਿਮਾਗ ਨੂੰ ਚੱਕ ਐਂ ਬਸ਼ਾਮਣ ਹੀ ਕਰੀਏ ਉਹ ਭਾਈ ਦੇ ਡਾਕਟਰ ਕਹਿੰਦੇ ਵੀ ਇਹ ਕੰਮ ਕਰੋ ਜੇ ਰੱਬ ਨੇ ਜਾਇਆ ਵੀ ਭਾਈ ਮਾਰੀ ਗੱਲ ਹੈ ਅੱਛਾ ਵੀ ਕੋਈ ਪਰਦਾ ਨਾ ਰੱਖੋ ਪਰਦਾ ਲਵੜੇ ਦਾ ਜਿਹੜਾ ਆਪ ਹੀ ਮਰੀ ਜਾਂਦੇ ਪਰਦਾ ਕਰ ਮਰੀ ਜਾਂਦੇ ਆ ਵਿਚਾਰੇ ਪਾ ਉਹ ਕੱਢ ਲਾਂਗੇ ਚਾਦਰਾ ਲਾ ਲਾਂਗੇ ਵਿਚਾਰੇ ਪਰਦਾ ਬਣ ਲਾਂਗੇ ਪਰਦਾ ਹੋ ਜੂ ਤਿੰਨ ਖਾਨ ਬਣਾਉਣੇ ਪੈਣਗੇ
ਤੂੰ ਭਲਾ ਛੱਡ ਰਹਾ ਚਲੇ ਜੀ ਮਰੀ ਉਹੀ ਤਾਂ ਗੱਲ ਹੈ ਚਾਨਣ ਦਾ ਲਾਲਚ ਕਰਦੇ ਹੈ ਐ ਕਰੋ ਫਿਰ ਚੰਦ ਵੇਲਾ ਬਹੁਤ ਹੋ ਗਿਆ ਮੈਂ ਛੱਡ ਕੇ ਆਉਣਾ ਤੈਨੂੰ ਲੈ ਕੇ ਜਾ ਨਾ ਛੱਡਿਆ ਜਾਓ ਫਿਰ ਐ ਕਰੋ ਚੱਕੋ ਮੰਜਾ ਪਰਿਵਾਰ ਬੇਇੱਜ਼ਤੀ ਕਰੀ ਜਾਂਦੇ ਭਾਈ ਤੁਸੀਂ ਲੈ ਕੇ